ਗੁਰੂ ਗੁਰੂ ਸਾਹਿਬ ਸੰਗਤ ਜੀ ਅੱਜ ਡੇਰਾ ਸਿੰਘ 158 ਸੰਤਾਂ ਰਾਜ ਦੇ ਸੰਤਾਂ ਦੇ ਮੱਲਾਂ ਵਿੱਚੋਂ ਡੇਰੇ ਦੇ ਸੰਚਾਲਨ ਗੁਰਮਤੀ ਦੇ ਰਾਜਮਾਨ ਅਤੇ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨ ਸਮਾਨ ਪਬਲਿਕ ਚੈਰੀਟੇਬਲ ਟਰੱਸਟ ਦੁਆਰਾ ਸਿੰਘ ਸਤਿਗੁਰ ਸਵਾਮੀ ਨਰਿੰਦਰ ਦਾਸ ਜੀ ਮਹਾਰਾਜ ਉਹਨਾਂ ਦੀ ਸਰਪ੍ਰਸਤੀ ਹੇਠ ਸੰਗਰਾਂਦ ਦਾ ਪਵਿੱਤਰ ਤਿਉਹਾਰਾ ਅਤੇ ਗੁਰੂ ਪੁੰਨਿਆ ਦਾ ਪਵਿੱਤਰ ਤਿਉਹਾਰਾ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਦਾਸ ਸਾਰੇ ਵਿਸ਼ਵ ਦੀਆਂ ਸੰਗਤਾਂ ਨੂੰ ਸੰਗਰਾਂਦ ਦੇ ਪਵਿੱਤਰ ਤਿਉਹਾਰੇ ਦੀਆਂ ਅਤੇ ਗੁਰੂ ਪੁੰਨਿਆ ਦੀਆਂ ਸਤਿਗੁਰ ਸਵਾਮੀ ਨਰਿੰਦਰ ਦਾਸ ਜੀ ਮਹਾਰਾਜ ਉਹਨਾਂ ਵੱਲੋਂ ਅਲੱਗ ਅਲੱਗ ਵਧਾਈਆਂ ਦਿੰਦਾ ਹੈ। ਅੱਜ ਦੇ ਜਗਮੇ ਦਾ ਪਵਿੱਤਰ ਨਾਮ ਆਪਾਂ ਸਾਰਿਆਂ ਨੇ ਸਤਿਗੁਰ ਸਵਾਮੀ ਨਰਿੰਦਰ ਦਾਸ ਜੀ ਮਹਾਰਾਜ ਉਹਨਾਂ ਦੇ ਮੁਬਾਰਕ ਤੋਂ ਸਰਵਣ ਕੀਤਾ ਹੈ। ਅੱਜ ਸੰਸਾਰ ਦੇ ਸਾਵਣ ਦਾ ਮਹੀਨਾ ਪ੍ਰਵੇਸ਼ ਹੋਇਆ ਹੈ। ਇਹ ਸਾਵਣ ਦਾ ਮਹੀਨਾ ਸਾਰੇ ਵਿਸ਼ਵ ਦੀਆਂ ਸੰਗਤਾਂ ਵਾਸਤੇ ਖੁਸ਼ ਸਾਵਣ ਦੇ ਮਹੀਨੇ ਦੁਆਰਾ ਸਮੁੱਚੀ ਮਾਨਵਤਾ ਨੂੰ ਪਾਵਨ ਉਪਦੇਸ਼ ਦਿੰਦੇ ਹਨ। ਆਓ ਸਾਰੀਆਂ ਸੰਗਤਾਂ ਇੱਕ ਮਨ ਇੱਕ ਚਿੱਤ ਹੋ ਕਰਕੇ ਸਰਵਣ ਕਰੀਏ ਜੀ। ਸਾਵਣ ਸਾਵਣ ਸ਼ਾਂਤ ਪਈ ਜਗਤ ਮੈਂ ਬਾਰਿਸ਼ ਹੋਏ ਬਸ਼ੇਸ ਘਰ ਘਰ ਮੰਗਲਾਚਾਰ ਹੈ ਨਾਸੇ ਸਭੇ ਕਲੇਸ਼ ਸਾਵਣ ਦਾ ਮਹੀਨਾ ਭਾਵ ਇਹ ਜੋ ਸਾਨੂੰ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ ਜਗਤ ਗੁਰੂ ਸਤਿਗੁਰੂ ਦਾਸ ਜੀ ਮਹਾਰਾਜ ਸਾਵਣ ਦੇ ਮਹੀਨੇ ਦੁਆਰਾ ਸਭ ਜੀਵਾਂ ਨੂੰ ਪਾਵਨ ਉਪਦੇਸ਼ ਦਿੰਦੇ ਹਨ ਕਿ ਇਹ ਸਾਵਣ ਦਾ ਮਹੀਨਾ ਸ਼ਾਂਤੀ ਦਾ ਮਹੀਨਾ ਹੈ ਕਿਉਂਕਿ ਭਾਵ ਜਦੋਂ ਬਾਰਿਸ਼ ਹੁੰਦੀ ਹੈ ਤਾਂ ਸਾਰੇ ਜੀਵਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਘਰ ਘਰ ਦੇ ਵਿੱਚ ਖੁਸ਼ੀਆਂ ਖੇੜੇ ਵਸਦੇ ਹਨ ਔਰ ਸਭ ਨੂੰ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਕਿਉਂਕਿ ਜਦੋਂ ਬਾਰਿਸ਼ ਹੁੰਦੀ ਹੈ ਜਗਤ ਗੁਰੂ ਸਤਿਗੁਰੂ ਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਜੀਵ ਅੰਤਸ਼ਕਰਨ ਆਤਮਾ ਪਵਿੱਤਰ ਹੁੰਦਾ ਹੈ, ਮਨ ਦੇ ਵਿੱਚ ਖੁਸ਼ੀ ਪ੍ਰਾਪਤ ਹੁੰਦੀ ਹੈ ਅਤੇ ਸਾਰੇ ਕਲੇਸ਼ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ। ਸਾਵਣ ਸ਼ਾਂਤ ਪਈ ਜਗਤ ਮੈਂ ਬਾਰਿਸ਼ ਹੋਏ ਬਸ਼ੇਸ਼ ਘਰ ਘਰ ਮੰਗਲਾਚਾਰ ਹੈ ਨਾਸੇ ਸਭੀ ਕਲੇਸ਼ ਅਨ ਧਨ ਬਹੁਤਾ ਉਪਜਿਆ ਗਊਆਂ ਕਾਸ ਹਮੇਸ਼ ਸੁਹਾਗਣ ਸਦਾ ਆਨੰਦ ਹੈ ਦੁਹਾਗਣ ਮੈਲਾ ਪੇਸ। ਜਦ ਸਾਵਣ ਦੇ ਮਹੀਨੇ ਬਾਰਿਸ਼ ਹੁੰਦੀ ਹੈ ਅੰਨ ਧਨ ਦੀ ਪ੍ਰਾਪਤੀ ਹੁੰਦੀ ਹੈ ਔਰ ਗਊਆਂ ਨੂੰ ਘਾਹ ਦੀ ਪ੍ਰਾਪਤੀ ਹੁੰਦੀ ਹੈ, ਸਾਰੇ ਜੀਵ ਜੰਤ ਖੁਸ਼ੀਆਂ ਪ੍ਰਾਪਤ ਕਰਦੇ ਹਨ। ਸਤਿਗੁਰੂ ਮਹਾਰਾਜ ਜੀ ਉਚਾਰਨ ਕਰਦੇ ਹਨ ਜਿਹੜੀਆਂ ਰੂਹਾਂ ਉਸ ਪਰਮਾਤਮਾ ਪਤੀ ਦੇ ਨਾਲ ਪਿਆਰ ਕਰਦੀਆਂ ਹਨ ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ, ਅੰਤਸ਼ਕਰਨ ਪਵਿੱਤਰ ਹੁੰਦਾ ਹੈ ਔਰ ਜਿਹੜੀਆਂ ਰੂਹਾਂ ਪਰਮਾਤਮਾ ਦਾ ਨਾਮ ਨਹੀਂ ਜਪਦੀਆਂ ਉਹਨਾਂ ਦਾ ਅੰਤਸ਼ਕਰਨ ਰੂਪੀ ਜੋ ਕੱਪੜਾ ਹੈ ਮੈਲਾ ਹੋ ਜਾਂਦਾ ਹੈ ਕਿਉਂਕਿ ਸਤਿਗੁਰੂ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਹਨ। ਅੰਨ ਧਨ ਬਹੁਤਾ ਉਪਜਿਆ ਗਊਆਂ ਘਾਸ ਹਮੇਸ਼
ਸੁਹਾਗਣ ਸਦਾ ਆਨੰਦ ਹੈ ਦੁਹਾਗਣ ਮੈਲਾ ਭੇਸ। ਕਰ ਪੂਜਨ ਗੁਰ ਚਰਨ ਕੇ ਸ਼ਰਧਾ ਸਾਥ ਹਮੇਸ, ਪਾਨ ਸੁਪਾਰੀ ਪੁਸ਼ਪ ਕਰ ਪੂਜਨ ਕਰੋ ਹਮੇਸ। ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਸਾਵਣ ਦੇ ਮਹੀਨੇ ਦੁਆਰਾ ਗੁਰੂ ਚਰਨਾਂ ਦੀ ਪੂਜਾ ਕਰਨ ਦਾ ਪਾਵਨ ਉਪਦੇਸ਼ ਦਿੰਦੇ ਹਨ। ਸਾਨੂੰ ਸਭ ਨੂੰ ਗੁਰੂ ਚਰਨਾਂ ਦੇ ਵਿੱਚ ਆ ਕਰਕੇ ਉਹਨਾਂ ਦੇ ਚਰਨਾਂ 'ਚ ਨਮਸਕਾਰਾਂ ਕਰਕੇ ਜੋ ਫੁੱਲ ਆਦਿਕ ਹਨ, ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਸਾਨੂੰ ਗੁਰੂ ਚਰਨਾਂ ਦੇ ਵਿੱਚ ਨਮਸਕਾਰਾਂ ਕਰਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ। ਕਰ ਪੂਜਨ ਗੁਰ ਚਰਨ ਕੀ ਸ਼ਰਧਾ ਸਾਥ ਹਮੇਸ਼, ਪਾਨ ਸੁਪਾਰੀ ਪੁਸ਼ਪ ਕਰ ਪੂਜਨ ਕਰੋ ਹਮੇਸ਼। ਅਰਚਨਾ ਭਗਤੀ ਪੰਚਮੇ ਗੁਰ ਪੂਜਾ ਮੇ ਧਿਆਨ, ਬਿਨਾ ਇਸ਼ਟ ਗੁਰ ਦੇਵਤੇ ਪੂਜੋ ਦੇਵ ਨਯਾਨ। ਸਤਿਗੁਰੂ ਰਵਿਦਾਸ ਜੀ ਮਹਾਰਾਜ 12 ਮਾਸ ਉਪਦੇਸ਼ ਵਿੱਚ ਨੌਧਾ ਭਗਤੀ ਦਾ ਵਰਣਨ ਕਰਦੇ ਹਨ। ਗੁਰੂ ਮਹਾਰਾਜ ਜੀ ਕਹਿੰਦੇ ਹਨ ਜੋ ਪ੍ਰਭੂ ਦੀ ਅਰਚਨਾ ਭਗਤੀ ਹੈ ਇਹ ਪੰਜਵੀਂ ਭਗਤੀ ਹੈ, ਜਿਸ ਵਿੱਚ ਗੁਰੂ ਦੀ ਪੂਜਾ ਵਿੱਚ ਧਿਆਨ ਧਰਿਆ ਜਾਂਦਾ ਹੈ ਔਰ ਇਸ਼ਟ ਗੁਰੂ ਦੇਵ ਤੋਂ ਬਿਨਾਂ ਸਾਨੂੰ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ ਚਾਹੀਦੀ। ਅਰਚਨਾ ਭਗਤੀ ਪੰਚਮੀ ਗੁਰ ਪੂਜਾ ਮੇ ਧਿਆਨ, ਬਿਨਾਂ ਇਸ਼ਟ ਗੁਰਦੇਵ ਤੇ ਪੂਜੋ ਦੇਵ ਨ ਆਨ। ਗੁਰੂ ਹਰ ਮੇ ਨਾ ਭੇਦ ਕੁਝ, ਕਹਿਓ ਆਪ ਸੁਜਾਨ, ਨਿਹਚੇ ਕਰ ਗੁਰ ਚਰਨ ਭਜ, ਹੋਵਤ ਹੈ ਕਲਿਆਨ। ਗੁਰੂ ਅਤੇ ਹਰ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਹੈ। ਜਿਹੜੇ ਸੰਤ ਮਹਾਂਪੁਰਸ਼ ਸਵਾ ਸਵਾ ਪਰਮਾਤਮਾ ਦਾ ਨਾਮ ਜਪਦੇ ਹਨ, ਸੰਗਤਾਂ ਨੂੰ ਜਪਾਉਂਦੇ ਹਨ, ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ, ਸ੍ਰੇਸ਼ਟ ਪੁਰਸ਼ਾਂ ਨੇ ਕਿਹਾ ਹੈ ਕਿ ਨਿਸ਼ਚਾ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ, ਫਿਰ ਹੀ ਜੀਵ ਦਾ ਕਲਿਆਣ ਹੁੰਦਾ ਹੈ। ਇਸ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ, ਗੁਰੂ ਹਰ ਮੇਨਾ ਭੇਦ ਕੁਝ, ਕਹਿਓ ਆਪ ਸੁਜਾਨ, ਨਿਹਚੇ ਕਰ ਗੁਰ ਚਰਨ ਭਜ, ਹੋਬਤ ਹੈ ਕਲਿਆਣ। ਗੁਰੂ ਸਮਾਨ ਨਹੀਂ ਔਰ ਜਗ, ਜਾਨਤ ਸੰਤ ਸੁਜਾਨ, ਕਹਿ ਰਵਿਦਾਸ ਗੁਰ ਚਰਨ ਕੋ, ਕਰਤ ਸਦਾ ਹੀ ਧਿਆਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਜਿਹੜੇ ਸੰਤ ਮਹਾਂਪੁਰਸ਼ ਹਨ ਉਹ ਸੰਸਾਰ ਦੇ ਵਿੱਚ ਆ ਕਰਕੇ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਦੇ ਹਨ ਔਰ ਸੰਸਾਰੀ ਜੀਵਾਂ ਨੂੰ ਵੀ ਪਰਮੇਸ਼ਰ ਦਾ ਨਾਮ ਜਪਾਉਂਦੇ ਹਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਜੀਵ ਨੂੰ ਹਮੇਸ਼ਾ ਹੀ ਗੁਰੂਆਂ ਦੇ ਚਰਨਾਂ ਵਿੱਚ ਰਹਿ ਕਰਕੇ ਗੁਰੂਆਂ ਦੇ ਚਰਨਾਂ ਦਾ ਧਿਆਨ ਧਰਨਾ ਚਾਹੀਦਾ ਹੈ। ਧੂੜ ਸੰਤ ਕੇ ਚਰਨ ਕੀ ਸੋਈ ਸ੍ਰੇਸ਼ਟ ਹੈ ਗੰਗ, ਪਾਪਾਂ ਕੀ ਮਲ ਉਤਰੇ ਚੜੇ ਨਾਮ ਕਾ ਰੰਗ,
ਡੇਰਾ ਸ੍ਰੀ 108 ਸੰਤ ਸਰਬਨ ਦਾਸ ਜੀ ਸੱਚਖੰਡ ਬੱਲਾਂ, ਇਹ ਉਹ ਮਹਾਨ ਮਹਾਂਪੁਰਸ਼ਾਂ ਦਾ ਸੱਚਾ ਸੁੱਚਾ ਦਰਬਾਰ ਹੈ ਜਿਨ੍ਹਾਂ ਸਤਿਗੁਰਾਂ ਨੇ ਇਸ ਪਾਵਨ ਧਰਤੀ 'ਤੇ ਬੈਠ ਕਰਕੇ ਆਪ ਜਪਿਆ ਹੈ ਪਰਮਾਤਮਾ ਦਾ ਨਾਮ ਅਤੇ ਸੰਗਤਾਂ ਨੂੰ ਜਪਾਇਆ। ਧੰਨ ਧੰਨ ਸਤਿਗੁਰੂ ਬਾਬਾ ਪਿੱਪਲ ਦਾਸ ਜੀ ਮਹਾਰਾਜ, ਧੰਨ ਧੰਨ ਸਤਿਗੁਰ ਸਵਾਮੀ ਸਰਬਨ ਦਾਸ ਜੀ ਮਹਾਰਾਜ, ਧੰਨ ਧੰਨ ਸਤਿਗੁਰ ਸਵਾਮੀ ਹਰੀਦਾਸ ਜੀ ਮਹਾਰਾਜ, ਧੰਨ ਧੰਨ ਸਤਿਗੁਰ ਸਵਾਮੀ ਗਰੀਬਦਾਸ ਜੀ ਮਹਾਰਾਜ, ਗੁਰਗੱਦੀ 'ਤੇ ਬਿਰਾਜਮਾਨ ਆਦਰਨੀਏ ਸਤਿਕਾਰਯੋਗ ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ, ਕੌਮ ਦੇ ਮਹਾਨ ਅਮਰ ਸ਼ਹੀਦ ਸ਼੍ਰੀ 108 ਸੰਤ ਰਾਮਾਨੰਦ ਜੀ ਮਹਾਰਾਜ। ਇਹਨਾਂ ਮਹਾਂਪੁਰਸ਼ਾਂ ਦਾ ਇਹ ਸੱਚਾ ਦਰਬਾਰ ਹੈ ਜਿੱਥੇ ਬੈਠ ਕਰਕੇ ਸਤਿਗੁਰਾਂ ਨੇ ਜਗਤਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕੀਤਾ, ਔਰ ਅੱਜ ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਸਮੁੱਚੀਆਂ ਸੰਗਤਾਂ ਨੂੰ ਇਹ ਪਾਵਨ ਉਪਦੇਸ਼ ਦੇ ਰਹੇ ਹਨ। ਸਤਿਗੁਰਾਂ ਨਾਲ ਜੋ ਸਾਨੂੰ ਅੰਮ੍ਰਿਤਵਾਣੀ ਦੇ ਵਿੱਚ ਪ੍ਰੇਮ ਦਾ ਸੰਦੇਸ਼ ਦਿੱਤਾ ਹੈ, ਧੂੜ ਸੰਤ ਕੇ ਚਰਨ ਕੀ ਸੋਈ ਸ੍ਰੇਸ਼ਟ ਹੈ ਗੰਗ, ਪਾਪਾਂ ਕੀ ਮਲ ਉਤਰੇ ਚੜੇ ਨਾਮ ਕਾ ਰੰਗ, ਬਨ ਖੋਜੇ ਪੀਆ ਨਾ ਮਿਲੇ ਬਨ ਮੇ ਪ੍ਰੀਤਮ ਨਾ ਹੈ, ਰਵਿਦਾਸ ਪੀਆ ਹੈ ਵਸ ਰਹਿਓ, ਮਾਨਵ ਪ੍ਰੇਮੈ ਮਾਂ ਹੈ। ਮਾਨਵਤਾ ਦੇ ਨਾਲ ਪ੍ਰੇਮ ਕਰਨ ਦਾ, ਗੁਰੂ ਚਰਨਾਂ ਦੇ ਨਾਲ ਪ੍ਰੇਮ ਕਰਨ ਦਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੰਦੇ ਹਨ। ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਹਰ ਬੁੱਧਵਾਰ ਕਿਰਪਾ ਕਰਦੇ ਹੈ, ਜੋ ਪਰਮਾਤਮਾ ਦੇ ਨਾਮ ਦੀ ਅਨਮੋਲ ਦਾਤ ਸੰਗਤਾਂ ਨੂੰ ਬਖਸ਼ਿਸ਼ ਕਰਕੇ ਉਸ ਪ੍ਰਭੂ ਭਗਤੀ ਦਾ ਉਪਦੇਸ਼ ਦੇ ਕਰਕੇ ਪਰਮੇਸ਼ਰ ਦੇ ਨਾਲ ਜੋੜਦੇ ਹਨ, ਕਿਉਂਕਿ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਸਭ ਜੀਵਾਂ ਨੂੰ ਉਪਦੇਸ਼ ਦਿੰਦੇ ਹਨ। ਕਹਿ ਰਵਿਦਾਸ ਭਜ ਹਰ ਨਾਮ, ਪ੍ਰਭ ਸੋ ਧਿਆਨ ਸਫਲ ਸਭ ਕਾਮ, ਹਰ ਸੋ ਹੀਰਾ ਛੱਡ ਕੈ ਕਰ ਹੈ ਆਨ ਕੇ ਆਸ, ਤੇ ਨਰ ਦੋ ਜਕ ਜਾਹੇਂਗੇ ਸਤ ਪਾਖੈ ਰਵਿਦਾਸ। ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ, ਬੋਲੇ ਸੋ ਨਿਰਭੈ ਸਤਿਗੁਰ ਸਵਾਮੀ ਸਰਬਨ ਦਾਸ ਮਹਾਰਾਜ ਕੀ ਜੈ, ਬੋਲੇ ਸੋ ਨਿਰਭੈ ਸਰਬ ਪੇਖ ਭਗਵਾਨ ਕੀ ਜੈ, ਜੈ ਗੁਰਦੇਵ ਸਤਨਾਮ ਸਤਨਾਮ। ਛੱਡ ਕੇ ਕਰਹਿ ਆਨ ਕੀ ਆਸ, ਤੇ ਨਰ ਦੋ ਜਿਕ ਜਾਹੇਂਗੇ ਸਤ ਪਾਖੈ ਰਵਿਦਾਸ, ਤੇ ਨਰ ਦੋ ਜਿਕ ਜਾਹੇਂਗੇ ਸਤ ਪਾਖੈ ਰਵਿਦਾਸ। ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀਓ ਕੀ। ਗੁਰ ਕੀ ਮੂਰਤ ਮਨ ਬਿਖੇ ਤਰੋ ਸੋ ਹਰ ਦਮ ਧਿਆਨ, ਗੁਰ ਕੀ ਮੂਰਤ ਮਨ ਬਿਖੇ ਤਰੋ ਸੋ ਹਰ ਦਮ ਧਿਆਨ, ਨਾਮ ਦਾਨ ਇਸ਼ਨਾਨ ਕਰ ਦੁਆਰੇ ਪਾਵੇ ਮਾਨ। ਆਦਰਣੀ ਬੰਦਨੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਭ ਸੰਗਤਾਂ ਬਹੁਤ ਹੀ ਵਡਭਾਗੀ ਹੋ ਕਿ ਆਪ ਸਭ ਸੰਗਤਾਂ ਬ੍ਰਹਮ ਗਿਆਨੀ ਬ੍ਰਹਮਲੀਨ ਗਰੀਬਾਂ ਦੇ ਮਸੀਹਾ ਪਰਮਾਤਮਾ ਸਰੂਪ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਦੇ ਦਰਸ਼ਨ ਦੇ ਦਾਰੇ ਕਰਕੇ
ਆਪਣਾ ਜੀਵਨ ਸਫਲ ਕਰ ਰਹੇ ਹੋ। ਅੱਜ ਸੰਗਰਾਂਦ ਦਾ ਪਿੱਤਰ ਦਿਹਾੜਾ ਹੈ ਅਤੇ ਆਪ ਸਭ ਸੰਗਤਾਂ ਨੇ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਦੀ ਪਾਵਨ ਪਿੱਤਰ ਰਸਨਾ ਤੋਂ ਸਾਵਨ ਦੇ ਨਵੇਂ ਮਹੀਨੇ ਨੂੰ ਸਰਵਣ ਕੀਤਾ ਹੈ ਅਤੇ ਅੱਜ ਸੰਗਰਾਂਦ ਦੇ ਪਿੱਤਰ ਦਿਹਾੜੇ ਦੀਆਂ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਨ। ਸਾਹਿਬ ਸਤਿਗੁਰ ਰਵਿਦਾਸ ਮਹਾਰਾਜ ਜੀ ਇਸ ਪਾਵਨ ਅੰਮ੍ਰਿਤ ਬਾਣੀ ਦੇ ਸ਼ਬਦ ਰਾਹੀਂ ਸੰਸਾਰੀ ਜੀਵਾਂ ਨੂੰ ਕੀ ਸਮਝਾ ਰਹੇ ਨੇ, ਕੀ ਉਪਦੇਸ਼ ਦੇ ਰਹੇ ਨੇ। ਗੁਰ ਕੀ ਮੂਰਤ ਮਨ ਵਿਖੇ ਧਰੋ ਸੁਹਰਦਮ ਧਿਆਨ, ਨਾਮ ਦਾਨ ਇਸ਼ਨਾਨ ਕਰ ਦੁਆਰੇ ਪਾਵੇ ਮਾਨ। ਅਤੇ ਸਭ ਤੋਂ ਪਹਿਲਾਂ ਸਤਿਗੁਰ ਜੀ ਸਮਝਾ ਰਹੇ ਨੇ ਕਿ ਜੀਵ ਨੂੰ ਗੁਰੂ ਵਾਲੇ ਬਣਨਾ ਪਵੇਗਾ, ਪਹਿਲਾਂ ਗੁਰੂ ਧਾਰਨ ਕਰਨੀ ਪਵੇਗੀ। ਉਸ ਤੋਂ ਬਾਅਦ ਗੁਰ ਕੀ ਮੂਰਤ ਮਨ ਵਿਖੇ ਧਰੋ ਸੁਹਰਦਮ ਧਿਆਨ, ਅਤੇ ਮਨ ਦੇ ਵਿੱਚ ਕਿਸ ਨੂੰ ਵਸਾਉਣਾ ਹੈ? ਆਪਣੇ ਗੁਰੂਆਂ ਦੇ ਸਰੂਪ ਨੂੰ, ਗੁਰੂ ਦੀ ਮੂਰਤ ਨੂੰ। ਧਰੋ ਸੁਹਰਦਮ ਧਿਆਨ, ਅਤੇ ਧਿਆਨ ਕਿਹਦਾ ਧਰਨਾ ਹੈ? ਗੁਰੂ ਦਾ ਧਿਆਨ। ਇਹਨਾਂ ਦੋਨਾਂ ਅੱਖਾਂ ਦੇ ਵਿਚਾਲੇ ਆਪਣੇ ਗੁਰੂ ਦਾ ਧਰਨਾ ਹੈ। ਵਾਰ ਵਾਰ ਧਿਆਨ ਨੂੰ ਟਿਕਾਉਣਾ ਹੈ ਕਿਉਂਕਿ ਦੁਨੀਆ ਵੱਲੋਂ ਮੋੜ ਕੇ ਗੁਰੂ ਦੇ ਨਾਲ ਧਿਆਨ ਨੂੰ ਜੋੜਨਾ ਬੜਾ ਹੀ ਔਖਾ ਹੈ। ਜਿਵੇਂ ਇੱਕ ਉਦਾਹਰਨ ਹੈ ਕਿ ਇੱਕ ਪਾਣੀ ਦਾ ਘੜਾ ਭਰ ਕੇ ਜੇਕਰ ਅਸੀਂ ਉਸ ਨੂੰ ਰੇਤਾ ਦੇ ਉੱਪਰ ਰੱਖੀਏ ਤਾਂ ਉਹ ਟਿਕਦਾ ਨਹੀਂ, ਡੋਲਦਾ ਰਹਿੰਦਾ ਹੈ। ਜਦੋਂ ਅਸੀਂ ਹਰ ਰੋਜ਼ ਪਾਣੀ ਦੇ ਘੜੇ ਨੂੰ ਭਰ ਕੇ ਉਸ ਰੇਤਾ ਦੇ ਉੱਪਰ ਰੱਖਾਂਗੇ ਇੱਕ ਜਗ੍ਹਾ 'ਤੇ, ਹੌਲੀ ਹੌਲੀ ਉਹ ਆਪਣੀ ਜਗ੍ਹਾ ਬਣਾ ਲੈਂਦਾ ਹੈ, ਉਸ ਘੜੇ ਦੇ ਥੱਲੇ ਇੱਕ ਟੋਆ ਬਣ ਜਾਂਦਾ ਹੈ ਅਤੇ ਹੌਲੀ ਹੌਲੀ ਉਸ ਦੇ ਵਿੱਚ ਉਹ ਟਿਕ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਦੁਨੀਆ ਵੱਲੋਂ ਮੋੜ ਕੇ ਧਿਆਨ ਨੂੰ ਗੁਰੂ ਦੇ ਨਾਲ ਜੋੜਨਾ ਹੈ ਬੜਾ ਹੀ ਮੁਸ਼ਕਿਲ ਹੈ, ਪਰ ਹਰ ਰੋਜ਼ ਕੋਸ਼ਿਸ਼ ਕਰਨੀ ਹੈ, ਵਾਰ ਵਾਰ ਆਪਣੇ ਧਿਆਨ ਨੂੰ ਇਹਨਾਂ ਦੋਨਾਂ ਅੱਖਾਂ ਦੇ ਵਿਚਾਲੇ ਟਿਕਾਉਣਾ ਹੈ, ਗੁਰੂ ਦੇ ਸਰੂਪ ਦਾ ਧਿਆਨ ਧਰਨਾ ਹੈ। ਜੇਕਰ ਅਸੀਂ ਹਰ ਰੋਜ਼ ਇਹ ਕਾਰਜ ਕਰਾਂਗੇ ਤਾਂ ਆਪਣੇ ਆਪ ਸਾਡਾ ਧਿਆਨ ਟਿਕ ਜਾਵੇਗਾ, ਪਰ ਉਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਟਿਕਦਾ। ਜੇ ਗੁਰੂ ਕਿਰਪਾ ਕਰੇ ਫਿਰ ਹੀ ਇਹ ਜਿਹੜਾ ਜੀਵ ਦਾ ਮਨ ਹੈ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ। ਨਾਮ ਦਾਨ ਇਸ਼ਨਾਨ ਕਰ ਦੁਆਰੇ ਪਾਵੇ ਮਾਨ। ਫਿਰ ਜਿਹੜੇ ਜੀਵ ਆਪਣੇ ਗੁਰੂਆਂ ਦਾ ਧਿਆਨ ਧਰ ਕੇ ਇੱਕ ਇੱਕ ਸਵਾਸ ਉਸ ਪਰਮੇਸ਼ੁਰ ਪਰਮਾਤਮਾ ਦੇ ਲੇਖੇ ਦੇ ਵਿੱਚ ਲਾ ਦਿੰਦੇ ਨੇ, ਆਪਣਾ ਇੱਕ ਇੱਕ ਸਵਾਸ ਉਸ ਮਾਲਕ ਦੇ ਲੇਖੇ ਦੇ ਵਿੱਚ ਲਾ ਦਿੰਦੇ ਨੇ, ਫਿਰ ਕੀ ਹੁੰਦਾ ਹੈ? ਨਾਮ ਦਾਨ ਇਸ਼ਨਾਨ ਕਰ ਦੁਆਰੇ ਪਾਵੇ ਮਾਨ। ਫਿਰ ਉਹ ਜੀਵ ਉਸ ਪਰਮੇਸ਼ੁਰ ਪਰਮਾਤਮਾ ਦੇ ਦਰਬਾਰ ਦੇ ਵਿੱਚ ਵਡਿਆਈ ਪ੍ਰਾਪਤ ਕਰਦੇ ਨੇ, ਮਾਣ ਪ੍ਰਾਪਤ ਕਰਦੇ ਨੇ, ਪਰ ਇਸ਼ਨਾਨ ਕਰਨੇ ਕਿੱਥੇ ਨੇ? ਉਹ ਪਰਮੇਸ਼ੁਰ ਉਹ ਪਰਮਾਤਮਾ ਦਾ ਨਾਮ ਇੱਕ ਸਮੁੰਦਰ ਹੈ, ਅਤੇ ਜਿਹੜਾ ਉਸ ਨਾਮ ਰੂਪੀ ਸਮੁੰਦਰ ਦੇ ਵਿੱਚ ਇਸ਼ਨਾਨ ਕਰਦਾ ਹੈ ਅਤੇ ਉਹ ਫਿਰ ਉਸ ਮਾਲਕ ਦੇ ਦਰਬਾਰ ਦੇ ਵਿੱਚ ਵਡਿਆਈ ਪ੍ਰਾਪਤ ਕਰਦਾ ਹੈ। ਜਿਵੇਂ ਇਸ ਸੰਸਾਰ ਦੇ ਵਿੱਚ ਵੱਡੇ ਵੱਡੇ ਮਹਾਂਪੁਰਸ਼ ਆਏ ਨੇ, ਸਤਿਗੁਰ ਰਵਿਦਾਸ ਮਹਾਰਾਜ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਤ੍ਰਿਲੋਚਨ ਜੀ, ਸਤਿਗੁਰ ਸਦਨਾ ਜੀ, ਸਤਿਗੁਰ ਸਹਿਨ ਜੀ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆ ਕੇ ਕੇਵਲ ਅਤੇ ਕੇਵਲ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾਇਆ, ਉਹਨਾਂ ਨੇ ਆਪਣੇ ਧਿਆਨ ਨੂੰ, ਆਪਣੇ ਮਨ ਨੂੰ ਉਸ ਪਰਮੇਸ਼ੁਰ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਿਆ ਅਤੇ ਆ ਸਾਰਾ ਸੰਸਾਰ ਉਹਨਾਂ ਨੂੰ ਯਾਦ ਕਰਦਾ ਹੈ, ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹੈ। ਇਹ ਸਭ ਨਾਮ ਦੀ ਵਡਿਆਈ ਹੈ। ਜੇਕਰ ਤੁਸੀਂ ਵੀ ਪਰਮਾਤਮਾ ਦਾ ਨਾਮ ਜਪੋਗੇ ਤਾਂ ਇਸ ਸੰਸਾਰ ਦੇ ਵਿੱਚ ਵੀ ਵਡਿਆਈ ਪ੍ਰਾਪਤ ਕਰੋਗੇ ਅਤੇ ਉਸ ਮਾਲਕ ਦੇ ਦਰਬਾਰ ਦੇ ਵਿੱਚ ਵੀ ਵਡਿਆਈ ਪ੍ਰਾਪਤ ਕਰੋਗੇ। ਹਾਂਜੀ, ਮੰਤਰ ਜਪ ਗੁਰੂ ਹਿਰਦੇ ਮੇ ਮਿਲੇ ਸੋ ਨਿਸ਼ਚਲ ਗਿਆਨ। ਮੰਤਰ ਜਪ ਗੁਰ ਹਿਰਦੇ ਮੇ ਮਿਲੇ ਸੋ ਨਿਸ਼ਚਲ ਗਿਆਨ। ਹੁਣ ਜਾਪ ਕਿਸ ਦਾ ਕਰਨਾ ਹੈ? ਜਿਹੜੇ ਗੁਰੂ ਮਹਾਰਾਜ ਸਾਨੂੰ ਕਿਰਪਾ ਕਰਦੇ ਨੇ, ਪਰਮਾਤਮਾ ਦਾ ਨਾਮ ਬਖਸ਼ਿਸ਼ ਕਰਦੇ ਨੇ, ਜਿਵੇਂ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਬੁੱਧਵਾਰ ਸੰਗਤਾਂ ਨੂੰ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਕਰਦੇ ਨੇ, ਉਹ ਜਿਹੜਾ ਗੁਰਮੰਤਰ ਸਾਨੂੰ ਬਖਸ਼ਿਸ਼ ਕਰਦੇ ਨੇ, ਉਸਦਾ ਹੀ ਜਾਪ ਕਰਨਾ ਹੈ। ਆਪਣੇ ਹਿਰਦੇ ਦੇ ਵਿੱਚ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਣਾ ਹੈ, ਸਿਮਰਨ ਕਰਨਾ ਹੈ। ਮਿਲੇ ਸੋ ਨਿਹਚਲ ਗਿਆਨ। ਜਦੋਂ ਅਸੀਂ ਅੰਦਰੋਂ ਉਸ ਪਰਮੇਸ਼ੁਰ ਪਰਮਾਤਮਾ ਦਾ ਨਾਮ ਜਪਾਂਗੇ
ਤਾਂ ਫਿਰ ਸਾਨੂੰ ਪੂਰਨ ਗਿਆਨ ਦੀ ਪ੍ਰਾਪਤੀ ਹੋਵੇਗੀ। ਉਹ ਕਿਹੜਾ ਗਿਆਨ? ਪਰਮੇਸ਼ੁਰ ਪਰਮਾਤਮਾ ਦੇ ਕਰਦਾ, ਅਤੇ ਗੁਰੂ ਤੋਂ ਬਿਨਾਂ ਇਸ ਜੀਵ ਨੂੰ ਉਹ ਗਿਆਨ ਨਹੀਂ ਹੋ ਸਕਦਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਅਤੇ ਇਸ ਜੀਵ ਦੇ ਅੰਦਰ ਪਰਮਾਤਮਾ ਦੇ ਨਾਮ ਦੇ ਭੰਡਾਰ ਨੇ, ਪਰ ਇਹ ਜੀਵ ਆਤਮਾ ਨੂੰ ਨਹੀਂ ਪਤਾ। ਜਦੋਂ ਗੁਰੂ ਕਿਰਪਾ ਕਰਦਾ ਹੈ ਇਸ ਜੀਵ 'ਤੇ, ਫਿਰ ਇਹ ਜੀਵ ਨੂੰ ਉਹ ਗਿਆਨ ਹੁੰਦਾ ਹੈ ਪਰਮਾਤਮਾ ਦੇ ਕਰਦਾ, ਅਤੇ ਫਿਰ ਜਿਹੜੇ ਅੰਦਰ ਭੰਡਾਰੇ ਨੇ ਉਹ ਗੁਰੂ ਦੀ ਕਿਰਪਾ ਦੇ ਨਾਲ ਇਸ ਜੀਵ ਨੂੰ ਪ੍ਰਾਪਤ ਹੋ ਜਾਂਦੇ ਨੇ। ਪਰ ਜਦ ਤੱਕ ਅਸੀਂ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਜੋਤ ਨਹੀਂ ਜਗਾਉਂਦੇ, ਜਦ ਤੱਕ ਸਾਡੇ ਅੰਦਰ ਪ੍ਰਕਾਸ਼ ਨਹੀਂ ਹੋਣਾ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਨਾਮ ਤੇਰੇ ਕੀ ਜੋਤ ਲਗਾਈ ਪਇਓ ਜਿਆਰੋ ਪਵਨ ਸਗਲਾਰੇ। ਜਦੋਂ ਅਸੀਂ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਜੋਤ ਜਗਾਵਾਂਗੇ ਤਾਂ ਫਿਰ ਸਾਡੇ ਅੰਦਰ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੋ ਜਾਵੇਗਾ। ਪਰ ਇੱਕ ਇੱਕ ਸਵਾਸ ਉਸ ਪਰਮੇਸ਼ੁਰ ਪਰਮਾਤਮਾ ਦੇ ਲੇਖੇ ਦੇ ਵਿੱਚ ਲਾਉਣਾ ਪਵੇਗਾ। ਭਗਤ ਕਰੋ ਹਰ ਕੇ ਗੁਣ ਗਾਓ, ਅੱਠ ਪੈਰ ਆਪਣਾ ਖਸਮ ਧਿਆਓ। ਅੱਠੇ ਪੈਰ ਆਪਣੇ ਮਾਲਕ ਨੂੰ ਯਾਦ ਰੱਖਣਾ ਹੈ, ਗੁਰੂ ਨੂੰ ਯਾਦ ਰੱਖਣਾ, ਫਿਰ ਹੀ ਅਸੀਂ ਉਸ ਪਰਮੇਸ਼ੁਰ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਭੁੱਖ ਪਿਆਸ ਨਾ ਉਤਰੇ, ਨਾਮ ਬਿਨਾ ਭਗਵਾਨ। ਭੁੱਖ ਪਿਆਸ ਨਾ ਉਤਰੇ, ਨਾਮ ਬਿਨਾ ਭਗਵਾਨ। ਜਿਹੜੀਆਂ ਰੂਹਾਂ ਅੰਦਰੋਂ ਮਾਲਕ ਦੇ ਨਾਲ ਮਿਲ ਜਾਂਦੀਆਂ ਨੇ, ਗੁਰੂ ਦੇ ਨਾਲ ਜੁੜ ਜਾਂਦੀਆਂ ਨੇ, ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੀਆਂ ਨੇ, ਫਿਰ ਜਿਹੜੀ ਉਹਨਾਂ ਦੀ ਭੁੱਖ ਅਤੇ ਪਿਆਸ ਉਹ ਪਰਮਾਤਮਾ ਦਾ ਨਾਮ ਹੈ। ਫਿਰ ਉਹਨਾਂ ਨੂੰ ਜਦੋਂ ਭੁੱਖ ਲੱਗਦੀ ਹੈ ਉਹ ਪਰਮਾਤਮਾ ਦੇ ਨਾਮ ਦੀ ਹੀ ਲੱਗਦੀ ਹੈ, ਜਦੋਂ ਪਿਆਸ ਲੱਗਦੀ ਹੈ ਤਾਂ ਪਰਮਾਤਮਾ ਦੇ ਨਾਮ ਦੀ ਹੀ ਲੱਗਦੀ ਹੈ। ਜਿਵੇਂ ਅਸੀਂ ਸੰਸਾਰ ਦੇ ਵਿੱਚ ਦੇਖਦੇ ਹਾਂ, ਸਾਨੂੰ ਭੁੱਖ ਲੱਗਦੀ ਹੈ ਤਾਂ ਅਸੀਂ ਭੋਜਨ ਛਕਦੇ ਹਾਂ, ਪਿਆਸ ਲੱਗਦੀ ਹੈ ਤਾਂ ਜਲ ਛਕਦੇ ਹਾਂ। ਇਸੇ ਤਰ੍ਹਾਂ ਸਾਡੇ ਅੰਦਰ ਪਰਮਾਤਮਾ ਦੇ ਨਾਮ ਦੀ ਵੀ ਭੁੱਖ ਹੋਣੀ ਬਹੁਤ ਹੀ ਜ਼ਰੂਰੀ ਹੈ। ਜਿਹੜੇ ਜੀਵ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ ਫਿਰ ਉਹਨਾਂ ਦੀ ਭੁੱਖ ਅਤੇ ਪਿਆਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਉਤਰਦੀ, ਕਿਉਂਕਿ ਉਹਨਾਂ ਦੀ ਭੁੱਖ ਅਤੇ ਪਿਆਸ ਜਿਹੜੀ ਰੂਹ ਦੀ ਭੁੱਖ ਅਤੇ ਪਿਆਸ ਉਹ ਪਰਮਾਤਮਾ ਦਾ ਨਾਮ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਬੁਝਦੀ। ਇਸ ਕਰਕੇ ਆਪਣੇ ਅੰਦਰ ਪਰਮਾਤਮਾ ਦੇ ਨਾਮ ਨੂੰ ਵਸਾਉਣਾ ਹੈ। ਹਾਂਜੀ, ਸਤਿਗੁਰ ਸੋ ਨਹੀਂ ਪਾਵਈ, ਜੋ ਦਿਲ ਮਾਹੇ ਸੁਆਨ। ਸਤਿਗੁਰ ਸੋ ਨਹੀਂ ਪਾਵਈ, ਜੋ ਦਿਲ ਮਾਹੇ ਸੁਆਨ। ਇਹ ਜਿਹੜਾ ਜੀਵ ਦਾ ਮਨ ਹੈ ਇਹ ਬਹੁਤ ਹੀ ਲੋਭੀ ਹੈ, ਇਸ ਨੂੰ ਬਸ ਦੇ ਵਿੱਚ ਕਰਨਾ ਬੜਾ ਹੀ ਮੁਸ਼ਕਿਲ ਹੈ। ਜੇ ਗੁਰੂ ਕਿਰਪਾ ਕਰੇ ਤਾਂ ਫਿਰ ਹੀ ਇਹ ਜਿਹੜਾ ਜੀਵ ਦਾ ਮਨ ਹੈ ਵਸ ਦੇ ਵਿੱਚ ਆਉਂਦਾ ਹੈ। ਗੁਰ ਕਿਰਪਾ 'ਤੇ ਮਨ ਵਸ ਆਏ, ਗੁਰੂ ਹੀ ਕਿਰਪਾ ਕਰੇ ਤਾਂ ਜੀਵ ਦਾ ਮਨ ਇਹ ਵਸ ਦੇ ਵਿੱਚ ਆਉਂਦਾ ਹੈ, ਕਿਉਂਕਿ ਇਸ ਜੀਵ ਦੇ ਮਨ ਨੂੰ ਵਿਸ਼ੇ ਵਿਕਾਰਾਂ ਨੇ ਘੇਰਿਆ ਹੋਇਆ, ਬੜਾ ਹੀ ਲੋਭੀ ਹੈ। ਸਤਿਗੁਰ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ, ਐਸੇ ਮੇਰਾ ਮਨ ਵਿਖਿਆ ਵੀ ਮੋਹਿਆ ਕਸ਼ਿਆਰਾ ਪਾਰ ਨਾ ਸੂਝ, ਕਿ ਮੇਰੇ ਮਨ ਨੂੰ ਇਹਨਾਂ ਵਿਸ਼ੇ ਵਿਕਾਰਾਂ ਨੇ ਇੰਨਾ ਘੇਰਿਆ ਹੋਇਆ ਹੈ ਕਿ ਪਰਮਾਤਮਾ ਦੀ ਕੋਈ ਸੂਝ ਬੂਝ ਨਹੀਂ। ਇਸ ਕਰਕੇ ਇਸ ਮਨ ਨੂੰ ਆਪਣੇ ਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਹੈ, ਗੁਰੂ ਦੇ ਨਾਲ ਜੋੜਨਾ ਹੈ, ਫਿਰ ਹੀ ਅਸੀਂ ਉਸ ਪਰਮੇਸ਼ੁਰ ਪਰਮਾਤਮਾ ਦੀ ਗੁਰੂ ਦੀ ਪ੍ਰਾਪਤੀ ਕਰ ਸਕਦੇ ਹਾਂ। ਪਰ ਜੇਕਰ ਗੁਰੂ ਕਿਰਪਾ ਕਰੇ ਤਾਂ ਫਿਰ ਹੀ ਇਸ ਜੀਵ ਦਾ ਮਨ ਉਹ ਪਰਮੇਸ਼ੁਰ ਉਹ ਪਰਮਾਤਮਾ ਦੇ ਨਾਲ ਜੁੜਦਾ ਹੈ, ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ, ਨਹੀਂ ਤਾਂ ਜੀਵ ਦਾ ਮਨ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਰਹਿੰਦਾ ਹੈ। ਮਨ ਸੱਚਾ ਕਿਤ ਬਿਦ ਪਇਓ, ਕਰ ਹੈ ਕਿਆ ਬਿਆਨ। ਮਨ ਸੱਚਾ ਕਿਤ ਬਿਦ ਪਇਓ, ਕਰਹੋ ਕਿਆ ਬਿਆਨ। ਇਹ ਜੀਵ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਮੇਰਾ ਮਨ ਸੱਚਾ ਹੈ, ਕਿਉਂਕਿ ਜੀਵ ਦਾ ਮਨ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ, ਅਤੇ ਜੀਵ ਗੱਲ ਕਹਿ ਨਹੀਂ ਸਕਦਾ ਕਿ ਇਸ ਜੀਵ ਦਾ ਮਨ ਸੱਚਾ ਹੈ।
ਇਹ ਜੀਵ ਕਿਸ ਤਰ੍ਹਾਂ ਬਿਆਨ ਕਰ ਸਕਦਾ ਹੈ? ਜਦੋਂ ਗੁਰੂ ਕਿਰਪਾ ਕਰੇ, ਇਸ ਜੀਵ ਦਾ ਮਨ ਮਾਲਕ ਦੇ ਨਾਲ ਜੁੜ ਜਾਵੇ ਤਾਂ ਫਿਰ ਹੀ ਜੀਵ ਕਹਿ ਸਕਦਾ ਹੈ ਕਿ ਮੇਰਾ ਮਨ ਸੱਚਾ ਹੈ। ਜਦ ਤੱਕ ਇਹ ਜੀਵ ਆਤਮਾ ਅੰਦਰੋਂ ਨਹੀਂ ਮਾਲਕ ਦੇ ਨਾਲ ਜੁੜਦੀ, ਗੁਰੂ ਦੇ ਨਾਲ ਨਹੀਂ ਜੁੜਦੀ, ਗੁਰੂ ਦੇ ਦੱਸੇ ਹੋਏ ਉਪਦੇਸ਼ਾਂ 'ਤੇ ਨਹੀਂ ਚੱਲਦੀ, ਜਦ ਤੱਕ ਇਹ ਜੀਵ ਦਾ ਮਨ ਸੱਚਾ ਨਹੀਂ। ਕਿਉਂਕਿ ਇਹ ਸੰਸਾਰ ਦੇ ਵਿੱਚ, ਇਹ ਜੋ ਸੰਸਾਰ ਦੇ ਧੰਦੇ ਨੇ, ਇਹ ਸਾਰੇ ਹੀ ਝੂਠੇ ਨੇ। ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਅਤੇ ਇਹ ਸੰਸਾਰ ਦੇ ਵਿੱਚ ਸੱਚਾ ਕੀ ਹੈ? ਪੂਰਨ ਸੰਤਾਂ ਮਹਾਂਪੁਰਸ਼ਾਂ ਦਾ ਨਾਮ ਅਤੇ ਪੂਰਨ ਸੰਤ ਮਹਾਂਪੁਰਸ਼। ਅਤੇ ਅਸੀਂ ਉਹਨਾਂ ਦੀ ਸੰਗਤ ਕਰਕੇ ਹੀ ਆਪਣੇ ਆਪ ਨੂੰ ਸੱਚਾ ਕਰਨਾ ਹੈ। ਕਿਉਂਕਿ ਜਦੋਂ ਜੀਵ ਉਹਨਾਂ ਦੀ ਸ਼ਰਨ ਦੇ ਵਿੱਚ ਜਾਂਦਾ ਹੈ ਤਾਂ ਸੰਤ ਮਹਾਂਪੁਰਸ਼ ਇਹੀ ਕਹਿੰਦੇ ਨੇ ਕਿ ਭਾਈ, ਪਰਮਾਤਮਾ ਦਾ ਨਾਮ ਜਾਂ ਪ੍ਰਭੂ ਦਾ ਸਿਮਰਨ ਕਰ, ਫਿਰ ਹੀ ਤੂੰ ਇਸ ਸੰਸਾਰ ਦੇ ਪਾਪ ਸਾਗਰ ਨੂੰ ਪਾਰ ਕਰ ਸਕਦਾ ਹੈ। ਹਾਂਜੀ, ਝੂਠਾ ਪਾਲਨ ਪਾਲਤੇ ਕਹੋ ਕੈਸੇ ਕਲਿਆਣ। ਝੂਠਾ ਪਾਲਣ ਪਾਲਤੇ ਕਹੋ ਕੈਸੇ ਕਲਿਆਣ। ਹੁਣ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਇਸ ਜੀਵ ਦਾ ਕਲਿਆਣ ਕਿਸ ਤਰ੍ਹਾਂ ਹੋ ਸਕਦਾ ਹੈ। ਕਿਉਂਕਿ ਇਸ ਜੀਵ ਨੇ ਆਪਣੇ ਮਨ ਨੂੰ ਇਹਨਾਂ ਸੰਸਾਰ ਦੇ ਝੂਠੇ ਧੰਦਿਆਂ ਦੇ ਵਿੱਚ ਫਸਾਇਆ ਹੋਇਆ ਹੈ, ਇਹਨਾਂ ਤੋਂ ਬਾਹਰ ਕੱਢਣਾ ਹੈ। ਅਤੇ ਫਿਰ ਹੀ ਜੀਵ ਦਾ ਜਿਹੜਾ ਮਨ ਪਰਮੇਸ਼ਰ ਪਰਮਾਤਮਾ ਦੇ ਨਾਲ ਜੁੜ ਸਕਦਾ ਹੈ। ਕਿਉਂ ਕਿ ਜਦ ਤੱਕ ਇਹ ਜੀਵ ਪੂਰਨ ਗੁਰੂਆਂ ਦੀ ਸ਼ਰਨ ਦੇ ਵਿੱਚ ਨਹੀਂ ਜਾਂਦਾ, ਜਦ ਤੱਕ ਇਹ ਜੀਵ 'ਤੇ ਕਿਰਪਾ ਨਹੀਂ ਹੁੰਦੀ, ਜਦੋਂ ਇਹ ਜੀਵ ਪੂਰਨ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਜਾਂਦਾ ਹੈ ਅਤੇ ਫਿਰ ਸੰਤ ਮਹਾਂਪੁਰਸ਼ ਇਸ ਜੀਵ 'ਤੇ ਕਿਰਪਾ ਕਰਦੇ ਨੇ ਅਤੇ ਫਿਰ ਇਸ ਜੀਵ ਦਾ ਕਲਿਆਣ ਕਰ ਦਿੰਦੇ ਨੇ। ਇਸ ਕਰਕੇ ਇਹਨਾਂ ਝੂਠੇ ਧੰਦਿਆਂ ਨੂੰ ਤਿਆਗਣਾ ਹੈ। ਸਤਿਗੁਰੂ ਜੀ ਸਮਝਾਉਂਦੇ ਨੇ ਕਿ ਸੰਸਾਰ ਦੇ ਕੰਮਕਾਰ ਵੀ ਕਰਨੇ ਨੇ, ਧੰਦੇ ਵੀ ਕਰਨੇ ਨੇ, ਪਰ ਜਿਹੜਾ ਆਪਣਾ ਮਨ ਹੈ ਉਹ ਪਰਮੇਸ਼ੁਰ ਉਹ ਪਰਮਾਤਮਾ ਦੇ ਨਾਲ ਜੋੜ ਕੇ ਰੱਖਣਾ ਹੈ। ਜੀਵਾ ਸੋ ਓਂਕਾਰ ਜਪ ਹਥਨ ਸੋ ਕਰਕਾਰ, ਰਾਮ ਮਿਲੇ ਕਰ ਆਇ ਕੇ ਕਹਿ ਰਵਿਦਾਸ ਵਿਚਾਰ। ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸਮਾਲ, ਹੱਥ ਪਾਉ ਕਰ ਕਾਮ ਸਭ ਚੇਤ ਨਿਰੰਜਨ ਨਾਲ। ਜਿਹੜਾ ਆਪਣਾ ਅਸਲੀ ਮਨ ਹੈ ਉਹ ਮਾਲਕ ਦੇ ਨਾਲ ਜੋੜ ਕੇ ਰੱਖਣਾ ਹੈ ਅਤੇ ਸੰਸਾਰ ਦੇ ਕੰਮਕਾਰ ਵੀ ਕਰਨੇ ਨੇ ਅਤੇ ਇਹਨਾਂ ਝੂਠੇ ਪਾਲਣਾਂ ਨੂੰ ਆਪਣੇ ਮਨ ਦੇ ਵਿੱਚੋਂ ਤਿਆਗਣਾ ਹੈ, ਫਿਰ ਹੀ ਅਸੀਂ ਮਾਲਕ ਦੀ ਪ੍ਰਾਪਤੀ ਕਰ ਸਕਦੇ ਹਾਂ। ਆਗਿਆ ਗੁਰ ਕੀ ਚਿਤ ਤਰ ਕਹਿ ਰਵਿਦਾਸ ਬਿਖਾਨ। ਸਤਿਗੁਰ ਰਵਿਦਾਸ ਮਹਾਰਾਜ ਜੀ ਆਖਰੀ ਪੰਕਤੀਆਂ ਦੇ ਵਿੱਚ ਕੀ ਸਮਝਾ ਰਹੇ ਨੇ? ਆਗਿਆ ਗੁਰ ਕੀ ਚਿਤ ਤਰ ਕਹਿ ਰਵਿਦਾਸ ਬਿਖਾਨ। ਹੁਣ ਸਤਿਗੁਰ ਰਵਿਦਾਸ ਮਹਾਰਾਜ ਜੀ ਕੀ ਸਮਝਾ ਰਹੇ ਨੇ ਕਿ ਆਪਣੇ ਮਨ ਦੇ ਵਿੱਚ ਕੀ ਵਸਾਉਣਾ ਹੈ? ਗੁਰੂਆਂ ਦੀ ਆਗਿਆ ਨੂੰ, ਉਹਨਾਂ ਦੇ ਬਚਨਾਂ ਨੂੰ ਵਸਾਉਣਾ ਹੈ, ਉਹਨਾਂ ਦੇ ਦੱਸੇ ਹੋਏ ਉਪਦੇਸ਼ਾਂ 'ਤੇ ਚੱਲਣਾ ਹੈ, ਆਪਣੇ ਜੀਵਨ ਨੂੰ ਸਤਿਗੁਰਾਂ ਦੇ ਦੱਸੇ ਹੋਏ ਉਪਦੇਸ਼ਾਂ 'ਤੇ ਜਦੋਂ ਚਲਾਵਾਂਗੇ ਤਾਂ ਫਿਰ ਆਪਣੇ ਆਪ ਅਸੀਂ ਉਸ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਕਰ ਲਵਾਂਗੇ। ਕਿਉਂਕਿ ਜਿਨ੍ਹਾਂ ਨੇ ਵੀ ਇਸ ਸੰਸਾਰ ਦੇ ਵਿੱਚ ਆ ਕੇ ਆਪਣੇ ਗੁਰੂਆਂ ਦਾ ਹੁਕਮ ਮੰਨਿਆ ਹੈ, ਉਹਨਾਂ ਦੇ ਉਪਦੇਸ਼ਾਂ ਨੂੰ ਮੰਨਿਆ ਹੈ, ਅਤੇ ਉਹਨਾਂ 'ਤੇ ਹੀ ਉਸ ਮਾਲਕ ਨੇ ਕਿਰਪਾ ਕੀਤੀ ਹੈ, ਜਿਵੇਂ ਆ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ, ਜਿਨ੍ਹਾਂ ਨੇ ਸਤਿਗੁਰ ਸਵਾਮੀ ਸਰਵਨ ਦਾਸ ਮਹਾਰਾਜ ਜੀ ਦੀ ਸੰਗਤ ਕੀਤੀ, ਆਪਣੇ ਜੀਵਨ ਦਾ ਇੱਕ ਇੱਕ ਪਲ ਸਤਿਗੁਰ ਸਵਾਮੀ ਸਰਵਨ ਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਗਾ ਦਿੱਤਾ, ਅਤੇ ਅੱਜ ਉਹ ਖੁਦ ਪਰਮੇਸ਼ਰ ਪਰਮਾਤਮਾ ਦਾ ਰੂਪ ਸਾਡੇ ਵਿੱਚ ਬੈਠੇ ਨੇ, ਅਸੀਂ ਉਹਨਾਂ ਦੇ ਦਰਸ਼ਨ ਦੇ ਦਾਰੇ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਾਂ। ਇਸ ਕਰਕੇ ਜੇਕਰ ਅਸੀਂ ਸਤਿਗੁਰਾਂ ਦੇ ਦੱਸੇ ਹੋਏ ਉਪਦੇਸ਼ਾਂ 'ਤੇ, ਉਹਨਾਂ ਦੇ ਦੱਸੇ ਹੋਏ ਪੂਰਨਿਆਂ 'ਤੇ ਚੱਲਾਂਗੇ ਤਾਂ ਸਾਡਾ ਜੀਵਨ ਸਫਲ ਹੋ ਸਕਦਾ ਹੈ। ਇਸ ਕਰਕੇ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਸਤਿਗੁਰਾਂ ਦੇ ਉਪਦੇਸ਼ਾਂ ਨੂੰ, ਬਚਨਾਂ ਨੂੰ, ਹੁਕਮਾਂ ਨੂੰ ਵਸਾਉਣਾ ਹੈ, ਜੋ ਸਾਨੂੰ ਉਹ ਸਮਝਾਉਂਦੇ ਨੇ ਅਸੀਂ ਉਹ ਸਮਝਣਾ ਹੈ, ਅਤੇ ਫਿਰ ਹੀ ਸਾਡਾ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਸਕਦਾ ਹੈ। ਕਿਉਂਕਿ ਸੰਤਾਂ ਮਹਾਂਪੁਰਸ਼ਾਂ ਦੇ ਜਿਹੜੇ ਬਚਨ ਨੇ ਉਹ ਟਲ ਹੁੰਦੇ ਨੇ, ਉਹ ਪਰਮੇਸ਼ੁਰ ਉਹ ਪਰਮਾਤਮਾ ਦਾ ਰੂਪ ਨੇ। ਇਸ ਕਰਕੇ ਉਹਨਾਂ ਦੇ ਬਚਨਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਵਸਾਵਾਂਗੇ ਤਾਂ ਆਪਣਾ ਜੀਵਨ ਸਫਲ ਕਰ ਲਵਾਂਗੇ। ਇਸ ਕਰਕੇ
ਸਾਨੂੰ ਮਨੁੱਖਾ ਜੀਵਨ ਮਿਲਦਾ ਹੈ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ, ਸਿਮਰਨ ਕਰਨ ਵਾਸਤੇ। ਅਸੀਂ ਇਸ ਨੂੰ ਸਫਲ ਕਰਨਾ ਹੈ ਪੂਰਨ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ, ਉਹਨਾਂ ਪਾਸੋਂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰਕੇ ਆਪਣਾ ਇੱਕ ਇੱਕ ਸਵਾਸ ਪੂਰਨ ਸੰਤਾਂ ਮਹਾਂਪੁਰਸ਼ਾਂ ਦੇ ਗੁਰੂਆਂ ਦੇ ਲੇਖੇ ਦੇ ਵਿੱਚ ਲਾਉਣਾ ਹੈ, ਅਤੇ ਫਿਰ ਹੀ ਸਾਡਾ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਸਕਦਾ ਹੈ। ਜਪੋ ਜੀ ਸਤਨਾਮ ਸਤਨਾਮ। ਆਗਿਆ ਗੁਰ ਕੀ ਚਿਤ ਤਰ ਕਹਿ ਰਵਿਦਾਸ ਬਿਖਾਨ ਆਗਿਆ ਗੁਰ ਕੀ ਚਿਤ ਤਰ ਕਹਿ ਰਵਿਦਾਸ ਬਿਖਾਨ ਜਪੋ ਜੀ ਸਤਨਾਮ ਸਤਨਾਮ ਜੀ ਹਰ ਸੋਹੀ ਰਾਸ਼ਾਡ ਕੈ ਕਰਹਿ ਆਨ ਕੀ ਆਸ ਤੇ ਨਰ ਦੋ ਜਿਕ ਜਾਹੇਂਗੇ ਸਤ ਪਾਖੈ ਰਵਿਦਾਸ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਬੋਲੇ ਸੋ ਨਿਰਭੈ ਸਤਿਗੁਰੂ ਸਵਾਮੀ ਸਰਵਨਦਾਸ ਮਹਾਰਾਜ ਕੀ ਬੋਲੇ ਸੋ ਨਿਰਭੈ ਅਮਰ ਸ਼੍ਰੀ ਸੰਤ ਰਾਮਾਨੰਦ ਮਹਾਰਾਜ ਕੀ।